ਸਤਿ ਸ਼੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਬੋਰੋਨ ਬਾਰੇ ਜਾਣਦੇ ਹਾਂ ਬੋਰੋਨ ਦੇ ਕੀ ਕੀ ਬੈਨੀਫਿਟ ਹੁੰਦੇ ਨੇ ਕਿਸ ਤਰੀਕੇ ਆਪਾਂ ਇਹਦੀਆਂ ਕਮੀਆਂ ਦੀ ਪਛਾਣ ਕਰਨੀ ਹੈ ਜੇ ਆਪਾਂ ਅਣ ਦੇਖਿਆ ਕਰਦੇ ਹਾਂ ਕੀ ਕੀ ਨੁਕਸਾਨ ਹੋ ਸਕਦੇ ਨੇ ਬੋਰੋਨ ਦੇ ਕੀ ਕੀ ਫਾਇਦੇ ਨੇ ਸਾਰਾ ਕੁਝ ਇਸ ਵੀਡੀਓ ਦੇ ਵਿੱਚ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਨਵੇਂ ਜੁੜੇ ਕਿਸਾਨ ਜਿਹੜੇ ਭਰਾ ਪਹਿਲੀ ਵਾਰੀ ਆਪਣੇ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਬੈਲ ਦਾ ਬਟਨ ਦਬਾ ਲਓ ਤਾਂ ਕਿ ਖੇਤੀਬਾੜੀ ਨਾਲ ਸੰਬੰਧ ਦਾ ਆਪਾਂ ਵੀਡੀਓ ਅਪਲੋਡ ਕਰਦੇ ਰਹੀਏ ਅਕਸਰੀ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਸਮੇਂ ਸਿਰ ਤੁਹਾਡੇ ਕੋਲ ਪਹੁੰਚਦੇ ਰਹਿਣ ਸੋ ਬੋਰੋਨ ਛੋਟੇ ਸੁਕਸ਼ਮ ਤੱਤਾਂ ਦੇ ਵਿੱਚੋਂ ਇੱਕ ਤੱਤ ਹੈ ਬੋਰੋਨ ਸੋ ਪਹਿਲਾਂ ਵੀ ਮੈਂ ਕਈ ਵਾਰੀ ਵੀਡੀਓ ਦੇ ਵਿੱਚ ਗੱਲ ਕੀਤੀ ਹੈ ਕਿ ਜਿਹੜੇ ਛੋਟੇ ਤੱਤ ਨੇ ਉਹਨਾਂ ਦੇ ਵੱਲ ਕਿਤੇ ਨਾ ਕਿਤੇ ਆਪਣਾ ਧਿਆਨ ਹਮੇਸ਼ਾ ਕੱਟ ਜਾਂਦਾ ਹੈ ਫਸਲ ਚਾਹੇ ਕੋਈ ਵੀ ਹੋਵੇ ਜਿਹੜੇ ਮੇਨ 3-4 ਜਿਹੜੇ ਵੱਡੇ ਤੱਤ ਨੇ ਨਾਈਟ੍ਰੋਜਨ ਪੋਟਾਸ਼ ਫਾਸਫੋਰਸ ਇਹਨਾਂ ਦੇ ਵੱਲ ਆਪਣਾ ਜਿਹੜਾ ਧਿਆਨ ਹੈ ਉਹ ਜ਼ਿਆਦਾ ਹੁੰਦਾ ਹੈ ਛੋਟੇ ਤੱਤਾਂ ਨੂੰ ਕਿਤੇ ਨਾ ਕਿਤੇ ਆਪਾਂ ਜ਼ਰੂਰ ਜਿਹੜਾ ਅਣਦੇਖਿਆ ਕਰਦੇ ਆਂ ਜਿਹਦੇ ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਬੋਰੋਨ ਇੱਕ ਛੋਟਾ ਤੱਤ ਹੈ ਬਹੁਤ ਜ਼ਿਆਦਾ ਥੋੜੀ ਮਾਤਰਾ ਦੇ ਵਿੱਚ ਇਹਦੀ ਵਰਤੋਂ ਆਪਾਂ ਕਰਨੀ ਹੁੰਦੀ ਏ ਪਰ ਬਹੁਤ ਜ਼ਿਆਦਾ ਜ਼ਰੂਰੀ ਤੱਤ ਹੈ ਬੋਰੋਨ ਸੋ ਸਭ ਤੋਂ ਪਹਿਲਾਂ ਜੇ ਆਪਾਂ ਇਹਦੀਆਂ ਕਮੀਆਂ ਬਾਰੇ ਗੱਲ ਕਰਦੇ ਆਂ ਇਹਦੀਆਂ ਕਮੀਆਂ ਨੂੰ ਆਪਾਂ ਕਿਸ ਤਰੀਕੇ ਨੋਟ ਕਰਨਾ ਜੇ ਆਪਾਂ ਝੋਨੇ ਦੀ ਗੱਲ ਕਰਦੇ ਆਂ ਝੋਨੇ ਦੇ ਜਿਹੜੇ ਮੇਨ ਉੱਪਰਲੇ ਜਿਹੜੇ ਕੂਲੇ ਪੱਤੇ ਹੁੰਦੇ ਨੇ ਨਵੇਂ ਪੱਤੇ ਹੁੰਦੇ ਨੇ ਉਹ ਵਿੰਗੇਟੇਡ ਨਿਕਲਣੇ ਸਟਾਰਟ ਹੋ ਜਾਂਦੇ ਨੇ ਉੱਪਰੋਂ ਅੱਧਾ ਪੱਤਾ ਸੁੱਕਾ ਹੁੰਦਾ ਹੈ ਸਫੈਦ ਰੰਗ ਦਾ ਚਿੱਟਾ ਪੱਤਾ ਜਿਹੜਾ ਹੋ ਜਾਂਦਾ ਹੈ ਜਿਸ ਤਰੀਕੇ ਤੁਸੀਂ ਇਹ ਫੋਟੋ ਦੇਖ ਸਕਦੇ ਹੋ ਪੱਤੇ ਬਹੁਤ ਜ਼ਿਆਦਾ ਜਿਹੜੇ ਨੇ ਉਹ ਵਿੰਗੇਟੇਡੇ ਹੋ ਜਾਂਦੇ ਨੇ ਉਹਨਾਂ ਦਾ ਆਕਾਰ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਝੋਨੇ ਤੋਂ ਇਲਾਵਾ ਜੇ ਆਪਾਂ ਹੋਰ ਬਾਕੀ ਫਸਲਾਂ ਦੀ ਗੱਲ ਕਰਦੇ ਹਾਂ ਤਾਂ ਨਿੰਬੂ ਪ੍ਰਜਾਤੀ ਦੇ ਵਿੱਚ ਕਾਫੀ ਜ਼ਿਆਦਾ ਬੋਰੋਨ ਦੀ ਡਿਵੀਅਨਸੀ ਦੇਖੀ ਜਾਂਦੀ ਹੈ ਇਥੇ ਇੱਕ ਛੋਟੀ ਜਿਹੀ ਜਿਹੜੀ ਤੁਸੀਂ ਇਹਦੀ ਕਮੀ ਦੀ ਪਹਿਚਾਨ ਜਿਹੜੀ ਹੈ ਨੋਟ ਕਰ ਸਕਦੇ ਹੋ ਜਦੋਂ ਕਿਸੇ ਫਲ ਦੇ ਵਿੱਚ ਬੋਰੋਨ ਦੀ ਡੈਵਿਅੰਸੀ ਆਉਂਦੀ ਹੈ ਜਾਂ ਸਬਜ਼ੀ ਦੇ ਵਿੱਚ ਆਉਂਦੀ ਹੈ ਤਾਂ ਉਹ ਫਸਲ ਦੇ ਜਿਹੜਾ ਫਲ ਆ ਉਹ ਪਾਟਨੇ ਸਟਾਰਟ ਹੋ ਜਾਂਦੇ ਨੇ ਫਲ ਜਿਹੜੇ ਨੇ ਫਟਨੇ ਸਟਾਰਟ ਹੋ ਜਾਂਦੇ ਨੇ ਜਾਂ ਫਿਰ ਫੁੱਲ ਝੜਨ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ ਫਸਲਾਂ ਦੇ ਪਰਪਰਾਗਣ ਸਮੇਂ ਬੋਰੋਨ ਦੀ ਕਾਫੀ ਜ਼ਿਆਦਾ ਲੋਡ ਫਸਲ ਨੂੰ ਪੈਂਦੀ ਹੈ ਜਿਹੜੀ ਮਾਦਾ ਭਾਗ ਹੁੰਦਾ ਫਸਲ ਦੇ ਵਿੱਚ ਨਰ ਮਾਦਾ ਭਾਗ ਉਹਦੇ ਵਿੱਚੋਂ ਮਾਦਾ ਭਾਗ ਨੂੰ ਵਿਕਸਿਤ ਹੋਣ ਦੇ ਲਈ ਬੋਰੋਨ ਦੀ ਜਿਹੜੀ ਲੋਡ ਹੈ ਉਹ ਪੈਂਦੀ ਏ ਬਾਰੌਣ ਤੱਤ ਦੀ ਜ਼ਿਆਦਾਤਰ ਕਮੀ ਰੇਤਲੀਆਂ ਜ਼ਮੀਨਾਂ ਦੇ ਵਿੱਚ ਦੇਖਣ ਨੂੰ ਮਿਲਦੀ ਏ ਕਿਉਂਕਿ ਉੱਥੇ ਪਾਣੀ ਜਿਹੜਾ ਹੈ ਜ਼ਿਆਦਾ ਜਲਦੀ ਜ਼ਮੀਨ ਦੇ ਵਿੱਚ ਜੀਰਦਾ ਹੈ ਜਿਹਦੇ ਕਾਰਨ ਇਹ ਲੀਚ ਡਾਊਨ ਹੋ ਜਾਂਦਾ ਕਿਉਂਕਿ ਇਹ ਪਾਣੀ ਦੇ ਵਿੱਚ ਕੋਲਨ ਚੀਲ ਜਿਹੜਾ ਹੈਗਾ ਤੱਤ ਹੈ ਜਾਂ ਫਿਰ ਆਮ ਜਿਹੜੀਆਂ ਦੂਸਰੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਵੀ ਜਦੋਂ ਆਪਾਂ ਪਾਣੀ ਇੱਕ ਜ਼ਮੀਨ ਦੇ ਵਿੱਚੋਂ ਦੂਜੀ ਜ਼ਮੀਨ ਦੇ ਵਿੱਚ ਅੱਗੇ ਕੱਢਦੇ ਆ ਉਸ ਟਾਈਮ ਬੋਰ ਆਉਣ ਜਿਹੜਾ ਹੈ ਇੱਕ ਜ਼ਮੀਨ ਚੋਂ ਨਿਕਲ ਕੇ ਦੂਸਰੀ ਜ਼ਮੀਨ ਦੇ ਵਿੱਚ ਚਲਿਆ ਜਾਂਦਾ ਸੋ ਇਹਨੂੰ ਪੂਰਿਆ ਕਰਨ ਲਈ ਜਾਂ ਤਾਂ ਆਪਾਂ ਫਸਲ ਦੀ ਬਜਾਈ ਸਮੇਂ 1 ਕਿਲੋ ਬੋਰੋਨ ਜਿਹੜਾ ਹੈ ਉਹਨੂੰ ਜ਼ਮੀਨ ਦੇ ਵਿੱਚ ਛੱਟਾ ਦੇ ਸਕਦੇ ਹਾਂ ਖਿਲਾਰ ਸਕਦੇ ਹਾਂ ਜਾਂ ਫਿਰ ਜੇ ਹੁਣ ਆਪਾਂ ਖੜੀ ਫਸਲ ਦੇ ਵਿੱਚ ਇਹਦੀ ਕਮੀ ਨੂੰ ਪੂਰਾ ਕਰਨਾ ਹੈ ਤਾਂ ਆਪਾਂ 100 ਲੀਟਰ ਪਾਣੀ ਦੇ ਵਿੱਚ 100 ਗ੍ਰਾਮ ਬੋਰੋਨ ਝੋਨੇ ਦੇ ਉੱਪਰ ਤੇ 100 ਲੀਟਰ ਪਾਣੀ ਦੇ ਵਿੱਚ 60 ਗ੍ਰਾਮ ਬੋਰੋਨ ਬਾਸਮਤੀ ਦੇ ਉੱਪਰ ਸਪਰੇਅ ਕਰ ਸਕਦੇ ਹਾਂ ਜੇ ਤੁਸੀਂ ਪਾਣੀ 150 ਲੀਟਰ ਲਾ ਸਕਦੇ ਹੋ ਤਾਂ 150 ਗ੍ਰਾਮ ਤੁਸੀਂ ਝੋਨੇ ਦੇ ਉੱਪਰ ਇਹਦੀ ਸਪਰੇ ਜਿਹੜੀ ਕਰ ਸਕਦੇ ਹੋ ਬਾਸਮਤੀ ਦੇ ਉੱਪਰ ਜ਼ਿਆਦਾ ਡੋਜ਼ ਨਾ ਹੀ ਪਾਈਏ ਆਪਾਂ ਦਾ ਵਧੀਆ ਹੈ ਵੈਸੇ ਤੁਸੀਂ ਜੇ 150 ਲੀਟਰ ਪਾਣੀ ਬਾਸਮਤੀ ਦੇ ਉੱਪਰ ਲਾਉਂਦੇ ਹੋ ਸਪਰੇ ਕਰਦੇ ਹੋ ਤਾਂ ਤੁਸੀਂ 100 ਗ੍ਰਾਮ ਜਿਹੜੀ ਇਹਦੀ ਡੋਜ਼ ਹੈ ਉਹ ਪਾ ਸਕਦੇ ਹੋ ਕੋਈ ਦਿੱਕਤ ਨਹੀਂ ਆਵੇਗੀ ਇਸ ਡੋਜ਼ ਤੋਂ ਜ਼ਿਆਦਾ ਜੇ ਤੁਸੀਂ ਡੋਜ਼ ਪਾਉਂਦੇ ਹੋ ਤਾਂ ਤੁਹਾਨੂੰ ਨੁਕਸਾਨ ਇਹਦੇ ਜਿਹੜੇ ਨੇ 100% ਹੋ ਸਕਦੇ ਨੇ ਜ਼ਿਆਦਾ ਡੋਜ਼ ਆਪਾਂ ਨਹੀਂ ਪਾਉਣੀ ਜਾਬਰ ਜੇ ਆਪਾਂ ਪਾਣੀ ਘੱਟ ਲਾਉਣੇ ਆ ਆਪਾਂ 100 ਗ੍ਰਾਮ ਇਹਦੀ ਡੋਜ਼ ਜਿਹੜੀ ਹੈ ਪਾਉਣੇ ਆ ਤੇ ਪਾਣੀ ਆਪਾਂ 70-80 ਲੀਟਰ ਜਿਹੜਾ ਲਾਉਣੇ ਆ ਉਸ ਟਾਈਮ ਵੀ ਇਹਦੇ ਨੁਕਸਾਨ ਜਿਹੜੇ ਨੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ ਉੱਪਰੋਂ ਫਸਲ ਦੇ ਜਿਹੜੇ ਪੱਤੇ ਨੇ ਝੋਨੇ ਦੇ ਪੱਤੇ ਜਿਹੜੇ ਨੇ ਉਹ ਸੜ ਜਾਣਗੇ ਜਿਆਦਾ ਨੁਕਸਾਨ ਤਾਂ ਕੀ ਹੋਣਾ ਹੈ ਜਿਹੜੇ ਪੱਤੇ ਨੇ ਉਹਨਾਂ ਨੂੰ 10-15 ਦਿਨ ਲੱਗ ਜਾਣਗੇ ਫਿਰ ਤੋਂ ਰਿਕਵਰ ਹੋਣ ਦੇ ਲਈ ਇਸ ਕਰਕੇ ਆਪਾਂ ਪਾਣੀ ਬਿਲਕੁਲ ਧਿਆਨ ਦੇ ਨਾਲ ਲਈਏ ਜਿੱਥੇ ਆਪਾਂ ਇੱਕ ਵਾਰੀ ਸਪਰੇਅ ਕਰ ਦੇਣੀ ਹੈ ਉੱਥੇ ਦੁਬਾਰਾ ਆਪਾਂ ਸਪਰੇਅ ਨਹੀਂ ਮਾਰਨੀ ਤੇ ਦਸੀ ਹੋਈ ਡੋਜ਼ ਤੋਂ ਜ਼ਿਆਦਾ ਡੋਜ਼ ਨਹੀਂ ਪਾਉਣੀ ਸੋ ਇਹੀ ਕੁਝ ਛੋਟੀ ਜੀ ਜਾਣਕਾਰੀ ਸੀ ਕੋਈ ਛੋਟੀ ਜੀ ਵੀਡੀਓ ਸੀ ਬੋਰੋਂ ਦੇ ਬਾਰੇ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਅੱਗੇ ਹੋਰ ਕਿਸਾਨਾਂ ਦੇ ਨਾਲ ਜਰੂਰ ਇਹਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਕਿਸਾਨਾਂ ਦਾ ਆਪਣੀ ਇਹ ਜਿਹੜੀ ਵੀਡੀਓ ਆ ਇਹ ਪਹੁੰਚ ਸਕੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ